ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦ ਖਾਲਸ ਟੀਵੀ ਨਿਊਜ਼ ਨੈਟਵਰਕ ਦੇਖਣ ਵਾਲੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਦ ਖਾਲਸ ਟੀਵੀ ਧਰਮ ਦੇ ਸਾਡੇ ਖਾਸ ਪ੍ਰੋਗਰਾਮ ਹੁਕਮਨਾਮਾ ਦੇ ਨਾਲ ਮੈਂ ਹਰਸ਼ਰਨ ਕੌਰ ਹਾਜ਼ਰ ਹਾਂ ਅੱਜ ਅਸੀਂ ਹੁਕਮਨਾਮਾ ਦੇ 23ਵੇਂ ਭਾਗ ਤੇ ਚਰਚਾ ਕਰਾਂਗੇ ਇਸ ਪ੍ਰੋਗਰਾਮ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਅੱਜ ਤੱਕ ਜਾਰੀ ਹੋਏ ਹੁਕਮਨਾਮੇ ਆਦੇਸ਼ ਅਤੇ ਸੰਦੇਸ਼ ਇਹਨਾਂ ਸਭ ਦੀ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਤੁਹਾਨੂੰ ਸਭ ਨੂੰ ਜਾਣਕਾਰੀ ਦੇਈਏ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜਾ ਹੁਕਮਨਾਮਾ ਜਾਰੀ ਹੁੰਦਾ ਹੈ ਉਹ ਹਰ ਸਿੱਖ ਦੇ ਮੰਨਣ ਯੋਗ ਹੁੰਦਾ ਹੈ ਯਾਨੀ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ ਹਰ ਹੁਕਮਨਾਮੇ ਨੂੰ ਹਰ ਸਿੱਖ ਦੇ ਵੱਲੋਂ ਮੰਨਣਾ ਜ਼ਰੂਰੀ ਹੁੰਦਾ ਹੈ ਪਰ ਇਹ ਵੀ ਸੱਚ ਹੈ ਕਿ ਅੱਜ ਤੱਕ ਜਿੰਨੇ ਵੀ ਹੁਕਮਨਾਮੇ ਜਾਰੀ ਹੋਏ ਨੇ ਸਾਰੇ ਸਿੱਖ ਸੰਗਤ ਨੂੰ ਨਹੀਂ ਪਤਾ ਹੈਗੇ ਔਰ ਇਹ ਵੀ ਹੋ ਸਕਦਾ ਹੈ ਕਿ ਹੁਕਮਨਾਮਾ ਦੀ ਜਿਹੜੀ ਰਵਾਇਤ ਹੈ ਉਸ ਬਾਰੇ ਵੀ ਬਹੁਤ ਸਾਰੇ ਸਿੱਖ ਨੌਜਵਾਨਾਂ ਨੂੰ ਸਿੱਖਾਂ ਨੂੰ ਨਾ ਪਤਾ ਹੋਵੇ ਸੋ ਅੱਜ ਅਸੀਂ ਹੁਕਮਨਾਮਾ ਦੇ ਜਿਹੜੇ ਭਾਗ ਦੀ ਗੱਲ ਕਰਨ ਜਾ ਰਹੇ ਹਾਂ ਉਹ ਆਦੇਸ਼ ਹੈ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮੇ ਵੀ ਜਾਰੀ ਹੁੰਦੇ ਨੇ ਆਦੇਸ਼ ਵੀ ਜਾਰੀ ਹੁੰਦੇ ਰਹਿੰਦੇ ਨੇ ਸਮੇਂ ਸਮੇਂ 'ਤੇ ਅਤੇ ਸੰਦੇਸ਼ ਵੀ ਸੋ ਇਹ ਜਿਹੜਾ ਆਦੇਸ਼ ਜਾਰੀ ਕੀਤਾ ਗਿਆ ਹੈ ਉਹ ਖਾਸ ਕਰਕੇ ਸਿੱਖਾਂ ਦਾ ਜਿਹੜਾ ਨਿਸ਼ਾਨ ਹੈ ਝੰਡਾ ਹੈ ਨਿਸ਼ਾਨ ਸਾਹਿਬ ਉਸ ਦੇ ਬਾਰੇ ਜਾਰੀ ਕੀਤਾ ਗਿਆ ਸੀ ਨਿਸ਼ਾਨ ਸਾਹਿਬ ਦੇ ਬਾਰੇ ਕੀ ਅਕਾਲ ਤਖਤ ਸਾਹਿਬ ਤੋਂ ਤੁਹਾਨੂੰ ਸਭ ਨੂੰ ਆਦੇਸ਼ ਜਾਰੀ ਕੀਤਾ ਗਿਆ ਹੈ ਉਸ ਨੂੰ ਅਸੀਂ ਇਨ ਬਿਨ ਪੜ੍ਹ ਕੇ ਸੁਣਾਵਾਂਗੇ ਜੋ ਅਕਾਲ ਤਖਤ ਸਾਹਿਬ ਦਾ ਇਹ ਆਦੇਸ਼ ਹੈ ਇਹ ਆਦੇਸ਼ 20 ਜੁਲਾਈ 2009 ਦੇ ਵਿੱਚ ਜਾਰੀ ਕੀਤਾ ਗਿਆ ਸੀ ਲਿਖਿਆ ਹੋਇਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮਿਤੀ 10/3/2004 ਨੂੰ ਪਹਿਲਾਂ ਵੀ ਆਦੇਸ਼ ਹੋ ਚੁੱਕਿਆ ਹੈ ਕਿ ਪਾਵਨ ਨਿਸ਼ਾਨ ਸਾਹਿਬ ਸਿਰਫ ਉੱਥੇ ਹੀ ਝੁਲਾਇਆ ਜਾ ਸਕਦਾ ਹੈ ਜਿੱਥੇ ਜੁਗੋ ਜੁਗ ਅਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇ ਪਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਨਿਰੰਤਰ ਸ਼ਿਕਾਇਤਾਂ ਪਹੁੰਚ ਰਹੀਆਂ ਨੇ ਕਿ ਕੁਝ ਅਜਿਹੀਆਂ ਨਿਵੇਕਲੀਆਂ ਥਾਵਾਂ ਉੱਤੇ ਕਬਜ਼ਾ ਕਰਨ ਅਤੇ ਅਗਿਆਨਤਾ ਕਾਰਨ ਪੱਕੇ ਤੌਰ ਉੱਤੇ ਨਿਸ਼ਾਨ ਸਾਹਿਬ ਝੁਲਾ ਦਿੱਤੇ ਜਾਂਦੇ ਨੇ ਜਿੱਥੇ ਨਾ ਤਾਂ ਜੁਗ ਜੁਗ ਅਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਅਤੇ ਨਾ ਹੀ ਕੋਈ ਗੁਰਦੁਆਰਾ ਸਾਹਿਬ ਹੁੰਦਾ ਇਹ ਕਾਰਵਾਈ ਪਵਿੱਤਰ ਨਿਸ਼ਾਨ ਸਾਹਿਬ ਦੀ ਬੇਅਦਬੀ ਕਰਨ ਵਾਲੀ ਹੈ ਇਸ ਕਰਕੇ ਸਮੂਹ ਸੰਗਤਾਂ ਨੂੰ ਮੁੜ ਦੱਸਿਆ ਜਾਂਦਾ ਹੈ ਕਿ ਉਹ ਆਪਣੀਆਂ ਅਜਿਹੀਆਂ ਅਯੋਗ ਕਾਰਵਾਈਆਂ ਫੌਰੀ ਤੌਰ 'ਤੇ ਬੰਦ ਕਰਨ ਅਤੇ ਨਿਸ਼ਾਨ ਸਾਹਿਬ ਕੇਵਲ ਅਤੇ ਕੇਵਲ ਯੋਗ ਅਸਥਾਨਾਂ ਉੱਤੇ ਹੀ ਝੁਲਾਏ ਜਾਣ ਉਲੰਘਣਾ ਕਰਨ ਵਾਲਿਆਂ ਦੇ ਖਿਲਾਫ਼ ਗੁਰਮਤ ਅਨੁਸਾਰ ਕਾਰਵਾਈ ਕੀਤੀ ਜਾਏਗੀ ਗੁਰੂ ਪੰਥ ਦਾ ਦਾਸ ਗੁਰਬਚਨ ਸਿੰਘ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਸੋ ਜਿਸ ਵਕਤ ਇਹ ਆਦੇਸ਼ ਜਾਰੀ ਕੀਤਾ ਗਿਆ ਹੈ ਉਸ ਵਕਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਹੁੰਦੇ ਸੀ ਨਿਸ਼ਾਨ ਸਾਹਿਬ ਦੀ ਗੱਲ ਕੀਤੀ ਗਈ ਹੈ ਹੁਣ ਇੱਥੇ ਵੀ ਕਈਆਂ ਦੇ ਵਿੱਚ ਮਨਾਂ ਦੇ ਵਿੱਚ ਥੋੜ੍ਹੀ ਸ਼ੰਕਾ ਹੋ ਸਕਦੀ ਹੈ ਕਿ ਇੱਕ ਤਾਂ ਝੰਡੇ ਹੁੰਦੇ ਨੇ ਜਿਹੜੇ ਕੇਸਰੀ ਝੰਡੇ ਹੁੰਦੇ ਨੇ ਇੱਕ ਨਿਸ਼ਾਨ ਸਾਹਿਬ ਹੁੰਦੇ ਨੇ ਜਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਉੱਚੇ ਕਰਕੇ ਝੁਲਾਏ ਜਾਂਦੇ ਨੇ ਆਮ ਤੌਰ 'ਤੇ ਨਿਸ਼ਾਨ ਸਾਹਿਬ ਝੁਲਾਉਣ ਦਾ ਮਕਸਦ ਇਹ ਹੁੰਦਾ ਸੀ ਜਦੋਂ ਪੁਰਾਣੇ ਸਮਿਆਂ ਦੇ ਵਿੱਚ ਸ਼ੁਰੂ ਕੀਤਾ ਗਿਆ ਸੀ ਜਦੋਂ ਗੁਰਦੁਆਰੇ ਦੀ ਨੀਂਹ ਰੱਖੀ ਗਈ ਹੈ ਕਿ ਜਿੱਥੇ ਨਿਸ਼ਾਨ ਸਾਹਿਬ ਝੁਲਾਇਆ ਜਾਂਦਾ ਸੀ ਤਾਂ ਉਹ ਕਈ ਕਈ ਫੁੱਟ ਉੱਚਾ ਝੁਲਾਇਆ ਜਾਂਦਾ ਸੀ ਤਾਂ ਕਿ ਦੂਰ ਦੂਰ ਰਹਿੰਦੀ ਸੰਗਤ ਨੂੰ ਪਤਾ ਲੱਗ ਜਾਵੇ ਕਿ ਇੱਥੇ ਗੁਰੂ ਦਾ ਦਰ ਹੈ ਇੱਥੇ ਗੁਰਦੁਆਰਾ ਹੈ ਇੱਥੇ ਲੰਗਰ ਵੀ ਤਿਆਰ ਹੋਵੇਗਾ ਇੱਥੇ ਰਹਿਣ ਨੂੰ ਵੀ ਥਾਂ ਮਿਲੇਗੀ ਸੋ ਲੋੜਵੰਦਾਂ ਨੂੰ ਜਾਣਕਾਰੀ ਦੇਣ ਦੇ ਲਈ ਜਾਂ ਕਹਿ ਦਈਏ ਕਿ ਬਾਕੀ ਸਾਰਿਆਂ ਨੂੰ ਜਾਣਕਾਰੀ ਦੇਣ ਦੇ ਲਈ ਉੱਚਾ ਕਰਕੇ ਨਿਸ਼ਾਨ ਸਾਹਿਬ ਝੁਲਾਇਆ ਜਾਂਦਾ ਤਾਂ ਕਿ ਪਤਾ ਲੱਗ ਸਕੇ ਕਿ ਜਿੱਥੇ ਨਿਸ਼ਾਨ ਸਾਹਿਬ ਝੁਲ ਰਿਹਾ ਉੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਉੱਥੇ ਗੁਰਦੁਆਰਾ ਹੈ ਜੇ ਕੋਈ ਲੋੜਵੰਦ ਉੱਥੇ ਜਾਣਾ ਚਾਹੁੰਦਾ ਤਾਂ ਉਹਨੂੰ ਪਤਾ ਲੱਗ ਸਕਦਾ ਹੈ ਅਤੇ ਇਹ ਜਿਹੜੀਆਂ ਸ਼ਿਕਾਇਤਾਂ ਆਈਆਂ ਨੇ ਜਾਂ ਇਹ ਜਿਹੜਾ ਆਦੇਸ਼ ਜਾਰੀ ਹੋਇਆ ਇਸ ਨੂੰ ਸੁਣ ਕੇ ਪੜ੍ਹ ਕੇ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕਿ ਲੋਕਾਂ ਦੇ ਵੱਲੋਂ ਅਣਜਾਣੇ ਦੇ ਵਿੱਚ ਜਾਂ ਫਿਰ ਜਾਣਦੇ ਬੁੱਝਦੇ ਹੋਏ ਵੀ ਕਈ ਥਾਵਾਂ ਦੇ ਉੱਤੇ ਨਿਸ਼ਾਨ ਸਾਹਿਬ ਉੱਚੇ ਕਰਕੇ ਝੁਲਾ ਦਿੱਤੇ ਜਾਂਦੇ ਨੇ ਜਿਹਦੇ ਕਾਰਨ ਨਿਸ਼ਾਨ ਸਾਹਿਬ ਦੀ ਬੇਅਦਬੀ ਹੈ ਜਿਹੜੀ ਉਹ ਮੰਨੀ ਗਈ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਹਾਲਾਂਕਿ ਜਿਹੜੇ ਝੰਡੇ ਹੁੰਦੇ ਨੇ ਕੇਸਰੀ ਝੰਡੇ ਹੁੰਦੇ ਨੇ ਉਹ ਲੋਕ ਆਪਣੀਆਂ ਟਰਾਲੀਆਂ ਦੇ ਉੱਤੇ ਵੀ ਲਾਉਂਦੇ ਨੇ ਉਹ ਆਪਣੇ ਵਾਹਨਾਂ ਦੇ ਉੱਤੇ ਵੀ ਲਾਉਂਦੇ ਨੇ ਘਰਾਂ ਦੇ ਉੱਤੇ ਵੀ ਕੇਸਰੀ ਝੰਡਾ ਜਿਹੜਾ ਝੁਲਾਇਆ ਜਾਂਦਾ ਪਰ ਨਿਸ਼ਾਨ ਸਾਹਿਬ ਝੁਲਾਉਣ ਦੀ ਇੱਕ ਵੱਖਰੀ ਵਿਧੀ ਹੁੰਦੀ ਹੈ ਨਿਸ਼ਾਨ ਸਾਹਿਬ ਕਾਫੀ ਫੁੱਟ ਉੱਚਾ ਹੁੰਦਾ ਹੈ ਅਤੇ ਉਹਦਾ ਕੱਪੜਾ ਹੁੰਦਾ ਜਿਹੜਾ ਉਹ ਵੀ ਬਹੁਤ ਜ਼ਿਆਦਾ ਵੱਡਾ ਹੁੰਦਾ ਹੈ ਲੰਬਾਈ ਦੇ ਵਿੱਚ ਚੌੜਾਈ ਦੇ ਵਿੱਚ ਖਾਸ ਤੌਰ 'ਤੇ ਉਹਨੂੰ ਤਿਆਰ ਕੀਤਾ ਜਾਂਦਾ ਹੈ ਸੋ ਨਿਸ਼ਾਨ ਸਾਹਿਬ ਅਤੇ ਝੰਡੇ ਦੇ ਵਿੱਚ ਫਰਕ ਹੁੰਦਾ ਹੈ ਇਹਨੂੰ ਵੀ ਸਮਝਣ ਦੀ ਕੋਸ਼ਿਸ਼ ਕਰੀਏ ਅਤੇ ਇਹ ਵੀ ਜ਼ਰੂਰ ਮੰਨੀਏ ਕਿ ਨਿਸ਼ਾਨ ਸਾਹਿਬ ਉੱਥੇ ਹੀ ਝੁਲਾਇਆ ਜਾਵੇ ਜਿੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਅਤੇ ਇਸ ਹੁਕਮਨਾਮੇ ਦੀ ਕੌਣ ਕੌਣ ਉਲੰਘਣਾ ਕਰਦਾ ਹੈ ਅਤੇ ਕੌਣ ਕੌਣ ਇਸ ਨੂੰ ਮੰਨਦਾ ਹੈ ਇਹ ਸਾਰਿਆਂ ਨੇ ਸੁਣ ਕੇ ਤੁਸੀਂ ਆਪ ਪੜਚੋਲ ਕਰਨੀ ਹੈ ਸੋ ਅਗਲੇ ਹੁਕਮਨਾਮੇ ਪ੍ਰੋਗਰਾਮ ਦੇ ਵਿੱਚ ਅਸੀਂ ਅਗਲੇ ਸ਼ਨੀਵਾਰ ਤੁਹਾਨੂੰ ਮਿਲਾਂਗੇ ਦ ਖਾਲਸ ਟੀਵੀ ਧਰਮ 'ਤੇ ਅਤੇ ਐਤਵਾਰ ਨੂੰ ਮਿਲਾਂਗੇ ਦ ਖਾਲਸ ਟੀਵੀ ਦੇ ਉੱਤੇ
प्रोग्राम थानू किवें दा लग्या, अपनी राय कोई देना चाहुंदे हो, सवाल पूछना चाहुंदे हो तां तुसीं कमेंट बॉक्स दे विच पूछ सकदे हो। वाहिगुरू जी का खालसा, वाहिगुरू जी की फतेह।